ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਆਪ ਐਮਐਲਏ ਦਾ ਵਿਰੋਧ ਹੋਇਆ ਹੈ ਤੇ ਇੱਕ ਆਪ ਆਗੂ ਤੇ ਵਿਦਿਆਰਥੀਆਂ ਦਾ ਗੁੱਸਾ ਫੁੱਟਿਆ ਹੈ। ਕੀ ਇਹ ਮਾਮਲਾ? ਇੱਕ ਵਿਦਿਆਰਥੀ ਆਗੂ ਨੇ ਉਹਨਾਂ ਤੋਂ ਜਾਣਦੇ ਆ ਕਿ ਕਿਹੜੇ ਵਿਧਾਇਕ ਸਨ ਅਤੇ ਕਿਹੜੇ ਆਗੂ ਤੇ ਜਿਹੜਾ ਹੱਥੋਂ ਪਾਈ ਹੋਈ ਹੈ, ਇਹ ਕੀ ਮਾਮਲਾ ਸੀਗਾ? ਹਾਂਜੀ ਬਾਈ ਜੀ, ਰੋਜ਼ਾਨਾ ਲੋਕ ਨਾਲ ਟੀਵੀ ਤੇ ਪਹਿਲਾਂ ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਜੀ, ਜੋ ਅੱਜ ਐਮਐਲਏ ਦਾ ਵਿਰੋਧ ਹੋਇਆ, ਕਿਹੜਾ ਵਿਧਾਇਕ ਸੀਗਾ ਉਹ ਤੇ ਜਿਹੜਾ ਮਾਮਲਾ ਪਖਿਆ, ਜਿਹੜਾ ਵਿਦਿਆਰਥੀਆਂ ਦਾ ਗੁੱਸਾ ਫੁੱਟਿਆ, ਉਹ ਕੀ ਕਾਰਨ ਬਣੇ ਨੇ? ਪਹਿਲਾਂ ਤਾਂ ਜੀ ਐਮਐਲਏ ਸੀਗੇ ਆਮ ਆਦਮੀ ਪਾਰਟੀ ਦੇ ਦਵਿੰਦਰ ਲਾਡੀ ਧੋਸ ਜੀ। ਜੀ, ਤੇ ਸਟੂਡੈਂਟਸ ਅੱਜ ਪ੍ਰੋਟੈਸਟ ਕਰ ਰਹੇ ਸੀਗੇ ਪਿਛਲੇ ਦਿਨ ਜੋ ਫਾਰਮਰਸ ਨਾਲ ਹੋਇਆ, ਪਿੱਛੇ ਇੱਕ ਕਿਸਾਨ ਦੀ ਡੈਥ ਹੋ ਗਈ ਸੀ ਲਾਠੀਚਾਰਜ ਦੇ ਡਿਊਰਿੰਗ। ਜੀ 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 ਤੇ ਸਾਰੇ ਯੂਨੀਵਰਸਿਟੀ ਸਟੂਡੈਂਟ ਪ੍ਰੋਟੈਸਟ ਕਰ ਰਹੇ ਸੀਗੇ ਤੇ ਉਸ ਦੌਰਾਨ ਨਾਰੇਬਾਜ਼ੀ ਦੇ ਦੌਰਾਨ ਜਿਹੜੀ ਆਮ ਆਦਮੀ ਪਾਰਟੀ ਦੇ ਸਟੂਡੈਂਟ ਵਿੰਗ ਹੈ CYSS ਜੀ, ਜੋ ਉਹ ਉੱਪਰ ਉੱਥੇ ਸਟੂਡੈਂਟ ਸੈਂਟਰ ਤੇ ਖੜ ਕੇ ਉਹ ਤਾੜੀਆਂ ਮਾਰ ਰਹੇ ਆ ਜੀ, ਉਹ ਆਪਣੇ ਪਾਰਟੀ ਦੀ ਜਿੰਦਾਬਾਦ ਕਰ ਰਹੇ ਆ ਜੀ। ਤੇ ਉੱਥੋਂ ਥੋੜੇ ਗਰਮਾ ਗਰਮੀ ਹੋਈ ਜੀ, ਫਿਰ ਪੁਲਿਸ ਨੇ ਦੋਨਾਂ ਨੂੰ ਸਾਈਡ ਤੇ ਕਰ ਦਿੱਤਾ, ਉਹ ਚੱਲ ਗਏ ਉੱਪਰ। ਫਿਰ ਉੱਥੇ ਇਹਨਾਂ ਦੇ ਜੋ ਐਮਐਲਏ ਸੀਗੇ ਉਹ ਆਉਂਦੇ ਆ ਜੀ ਉੱਪਰ ਯੂਨੀਵਰਸਿਟੀ, ਉੱਥੇ ਸਟੂਡੈਂਟ ਸੈਂਟਰ ਦੇ ਕੈਫੇ ਤੇ ਬੈਠਦੇ ਆ, ਆਪਣੇ ਵਰਕਰਸ ਨਾਲ ਮੀਟਿੰਗ ਕਰਦੇ ਆ ਜੀ। ਤੇ ਉਹ ਜਦੋਂ ਥੱਲੇ ਆਉਂਦੇ ਸਟੂਡੈਂਟ ਸੈਂਟਰ ਤੋਂ ਆਪਣੇ ਪਾਰਕਿੰਗ ਵੱਲ ਜਾਣ ਲੱਗਦੇ ਤੇ ਸਟੂਡੈਂਟਸ ਉਹਨਾਂ ਨਾਲ ਸਵਾਲ ਜਵਾਬ ਕਰਦੇ ਆ ਜੀ, ਐਮਐਲਏ ਤੁਸੀਂ, ਤੁਹਾਡੀ ਸਰਕਾਰ ਆ ਤੇ ਜਦੋਂ ਤੁਹਾਡਾ ਤੁਸੀਂ ਆਪਣੇ ਚੋਣ ਪ੍ਰਚਾਰ ਵਿੱਚ ਵੱਡੇ ਵੱਡੇ ਵਾਅਦੇ ਕਰਦੇ ਸੀਗੇ ਜੀ ਜੀ, ਤੇ ਹੁਣ ਜੋ ਹੋ ਰਿਹਾ ਕਿਸਾਨਾਂ ਨਾਲ ਉਹਦੇ ਬਾਰੇ ਤੁਹਾਡੀ ਕੀ ਰਾਏ ਆ ਜੀ? ਤੇ ਕੋਈ ਸਵਾਲ ਜਵਾਬ ਤੇ ਬਸ ਉਹਨਾਂ ਦੇ ਆਪਸੇ ਟਕਰਾਅ ਹੋ ਗਿਆ ਉੱਥੇ ਜਿਹੜੇ ਉਹਨਾਂ ਦੇ ਨਾਲ ਵਰਕਰ ਸੀਗੇ ਉਹਨਾਂ ਦੇ ਐਮਐਲਏ ਦੇ ਨਾਲ ਤੇ ਸਟੂਡੈਂਟਸ ਦੇ ਵਿੱਚ, ਉਤੋਂ ਹਾਤਾਪਾਈ ਸ਼ੁਰੂ ਹੋ ਗਈ ਥੋੜੀ ਬਹੁਤ। ਪਹਿਲ ਕਿਹਨਾਂ ਵੱਲੋਂ ਕੀਤੀ ਗਈ ਆ? ਵਿਧਾਇਕ ਸਟੂਡੈਂਟ ਨੇ ਸਿਰਫ ਨੋਰਮਲੀ ਸਵਾਲ ਪੁੱਛੇ ਸੀਗੇ ਜੀ, ਤੁਹਾਡੀ ਸਰਕਾਰ ਤੁਹਾਡਾ ਇਹਦੇ ਤੇ ਕੀ ਵਿਚਾਰ ਆ, ਤੁਸੀਂ ਐਮਐਲਏ ਤੋਂ ਯੂਨੀਵਰਸਿਟੀ ਆਉਂਦੇ ਹੋ ਤੇ ਤੁਹਾਡਾ ਕੀ ਵਿਚਾਰ ਆ। ਉਥੋਂ ਬਸ ਉਹਨਾਂ ਨੇ ਬੈਂਸਾ ਵਸਾਈ ਵਿੱਚ ਜੀ, ਯੂਨੀਵਰਸਿਟੀ ਨਾਲ ਖੜਨ ਦਾ ਮੌਕਾ ਹੁੰਦਾ ਉਦੋਂ ਆਉਂਦੇ ਨਹੀਂ, ਬਟ ਜਦੋਂ ਅਸੀਂ ਹੁਣ ਕਿਸਾਨਾਂ ਲਈ ਪ੍ਰਦਰਸ਼ਨ ਕਰ ਰਹੇ ਹਾਂ ਉਦੋਂ ਤੁਸੀਂ ਆ ਕੇ ਇੱਥੇ ਜਿਹੜੇ ਆਪਣੇ ਵਰਕਰ ਨੇ ਉਹਨਾਂ ਦਾ ਸਾਥ ਦੇ ਰਹੇ ਹੋ, ਇਹ ਵੀ ਗੱਲ ਕੁਝ ਹੋਈ ਹੈ ਉੱਥੇ? ਗੱਲ ਤਾਂ ਪਿਛਲੇ ਸਾਲ ਤੋਂ ਹੀ ਹੈ ਜੀ, ਜਦੋਂ ਇਲੈਕਸ਼ਨ ਦੇ ਦੌਰਾਨ ਇਹਨਾਂ ਦੇ 20 ਤੋਂ 21 ਐਮਐਲਏ ਯੂਨੀਵਰਸਿਟੀ ਦੇ ਵਿੱਚ, ਇਨਕਲੂਡਿੰਗ ਇਹਨਾਂ ਦੇ ਕੈਬਨਿਟ ਮਿਨਿਸਟਰ ਵੀ ਸੀਗੇ ਜੀ, ਉਹ ਯੂਨੀਵਰਸਿਟੀ ਦੇ ਵਿੱਚ ਰਹੇ ਜਿੰਨਾ ਟਾਈਮ ਇਲੈਕਸ਼ਨ ਹੁੰਦੇ ਰਹੇ, 15 ਦਿਨ 20 ਦਿਨ ਜੀ। ਪਰ ਉਸ ਤੋਂ ਬਾਅਦ ਨਾ ਇਹਨਾਂ ਦਾ ਕੋਈ ਐਮਐਲਏ ਦਿਖਿਆ, ਨਾ ਕੋਈ ਇਹਨਾਂ ਦਾ ਪ੍ਰਧਾਨ, ਨਾ ਕੋਈ ਵਰਕਰ ਜੀ। ਤੇ ਸਟੂਡੈਂਟਸ ਨੂੰ ਉਸ ਗੱਲ ਦੀ ਵੀ ਪੂਰੀ ਖਿੱਚ ਆ ਜੀ, ਕਿਉਂਕਿ ਇਹਨਾਂ ਦੇ ਐਮਐਲਏ ਦਾ ਅੱਜ ਕੱਲ ਇਹ ਵੀ ਬਹੁਤ ਆ, ਆਪਣੇ ਆਪਣੇ ਹਲਕੇ ਦੇ ਜੋ ਸਟੂਡੈਂਟਸ ਨੇ ਉਹਨਾਂ ਦੇ ਘਰ ਫੋਨ ਕਰਾਉਣਾ, ਏਦਾਂ ਸਾਡੀ ਪਾਰਟੀ ਜੁਆਇਨ ਕਰੋ, ਉਹ ਸਾਰਾ ਸਾਰਾ ਮਿਕਸ ਸੀਗਾ। ਅੱਛਾ, ਇਹ ਇੱਥੋਂ ਤੱਕ ਪਹੁੰਚ ਗਈ ਗੱਲ ਕਿ ਵਿਦਿਆਰਥੀਆਂ ਨੂੰ ਹੁਣ ਧੱਕੇ ਨਾਲ ਸੀ ਜਿਹੜੀ ਇਹਨਾਂ ਦੀ ਪਾਰਟੀ ਆ ਉਹ ਜੁਆਇਨ ਕਰਾਈ ਜਾ ਰਹੀ ਆ? ਹਾਂਜੀ ਜੀ, ਫੋਨ ਕਰਦੇ ਆ ਐਮਐਲਏ ਸਾਰੇ ਹਲਕੇ ਵਿੱਚ, ਜਿਹੜੇ ਜਿਹੜੇ ਹਲਕੇ ਦੇ ਬੱਚੇ ਪੜ੍ਹਦੇ ਆ ਜੀ। ਹਾਂਜੀ, ਜਿੱਥੇ ਬੀਤੇ ਦਿਨੀ ਅਸੀਂ ਦੇਖਿਆ ਸੀਗਾ ਕਿ ਪੰਜਾਬ ਯੂਨੀਵਰਸਿਟੀ ਦਾ ਮਸਲਾ ਵੱਡਾ ਬਣਿਆ ਹੈ ਕਿ ਜਿਹੜਾ ਸੈਂਟਰ ਅਧੀਨ ਲੈਣਾ ਚਾਹੁੰਦਾ ਸੀਗਾ ਕੇਂਦਰ ਦੇ, ਪਰ ਵਿਦਿਆਰਥੀ ਸੜਕਾਂ ਤੇ ਉਤਰੇ, ਵੱਡਾ ਰੋਸ ਪ੍ਰਦਰਸ਼ਨ ਹੋਇਆ ਜਿਸ ਤੋਂ ਬਾਅਦ ਕੇਂਦਰ ਸਰਕਾਰ ਪਿੱਛੇ ਹਟੀ। ਕੀ ਉਸ ਸਮੇਂ ਵੀ ਜਿਹੜੇ ਵਿਧਾਇਕ ਜਾਂ ਆਮ ਆਦਮੀ ਪਾਰਟੀ ਦੇ ਵਰਕਰ ਜਾਂ ਇਹਨਾਂ ਦੀ ਜਿਹੜੀ ਪਾਰਟੀ ਇੱਥੇ ਜਿੱਤੀ ਆ ਉਹ ਤੁਹਾਡੇ ਸਾਥ ਸੀਗੇ ਉਸ ਸਮੇਂ? ਵਿਧਾਇਕ ਤਾਂ ਨਹੀਂ ਸੀਗੇ ਉਸ ਟਾਈਮ, ਸਟੂਡੈਂਟ ਨੂੰ ਏਦਾਂ ਜੋ ਮੁੱਦੇ ਹੁੰਦੇ ਵੱਡੇ ਮੁੱਦੇ, ਉਸ ਟਾਈਮ ਸਟੂਡੈਂਟ ਪਾਰਟੀ ਤੋਂ ਹਟ ਕੇ ਇੱਕ ਐਜ਼ ਅ ਸਟੂਡੈਂਟ ਇਸ ਚੀਜ਼ ਦਾ ਕਰਦੇ ਪ੍ਰੋਟੈਸਟ ਜੀ। ਤੇ ਮੈਨੂੰ ਲੱਗਦਾ ਵਿਧਾਇਕ ਤਾਂ ਕੋਈ ਵੀ ਨਹੀਂ ਸੀਗੇ ਇਹਨਾਂ ਦੇ, ਚਲੋ ਸਟੂਡੈਂਟ ਸਾਰਿਆਂ ਨੇ ਕਰਿਆ ਪ੍ਰੋਟੈਸਟ, ਸਾਰਿਆਂ ਬਣਦਾ ਵੀ ਸੀਗਾ ਜੋ ਸਾਡਾ ਹੱਕ ਜੀ। ਹਾਂਜੀ ਹਾਂਜੀ, ਜੋ ਬੀਤੇ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ ਵੀ ਆ ਕੇ ਗਏ ਨੇ ਤੇ ਹੋਸਟਲਾਂ ਦਾ ਵੱਡਾ ਐਲਾਨ ਕੀਤਾ, ਕੀ ਹੋਸਟਲ ਬਣਨ ਲੱਗੇ ਯੂਨੀਵਰਸਿਟੀ 'ਚ? ਨਹੀਂ ਨਹੀਂ ਹਾਲ, ਇਹ ਤਾਂ ਚਲੋ ਗੱਲਾਂ ਹੈਗੀਆਂ ਵਾ, ਉਹ ਤਾਂ ਪਿਛਲੇ ਸਾਲ ਇਹਨਾਂ ਦੇ ਮੈਨੀਫੈਸਟੋ 'ਚ ਸੀਗਾ ਜੀ, ਹੋਸਟਲ ਬਣਾਵਾਂਗੇ, 2 ਹੋਸਟਲ ਬਣਨਗੇ, ਇੱਦਾਂ ਹੋਊਗਾ ਉੱਦਾਂ ਹੋਊਗਾ। ਜਦੋਂ ਇਹਨਾਂ ਦਾ ਟੈਨਿਓਰ ਪੂਰਾ ਹੁੰਦਾ ਜੀ ਤੇ CM ਸਾਹਿਬ ਆਉਂਦੇ ਇਲੈਕਸ਼ਨ ਦੇ ਨੇੜੇ, ਬਿਆਨ ਕਰ ਜਾਂਦੇ ਆ, ਹੁਣ ਜਦੋਂ ਬਣ ਗਿਆ ਉਦੋਂ ਦੇਖਾਂਗੇ। ਓਕੇ, ਤੇ ਹੁਣ ਮਾਹੌਲ ਕੀ ਹੈ? ਹੁਣ ਵਿਦਿਆਰਥੀਆਂ ਤੇ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਤਾਂ ਨਹੀਂ ਹੋਈ ਜਿਹੜੇ ਇਸ ਵਿੱਚ ਮਾਮਲੇ ਵਿੱਚ ਆਏ ਨੇ, ਜਾਂ ਦੂਜੀ ਸਾਈਡ ਕਿਸੇ ਤੇ ਕਾਰਵਾਈ ਹੋਈ ਹੋਵੇ? ਨਹੀਂ ਹਾਲੇ ਤਾਂ ਕੋਈ ਉਦਾਂ ਦੀ ਗੱਲ ਆਈ ਨਹੀਂ ਗੀ ਬਾਹਰ ਜੀ। ਹਾਂਜੀ, ਓਕੇ, ਧੰਨਵਾਦ। ਆਊਗੀ, ਹਾਂਜੀ, ਠੀਕ ਹੈ, ਧੰਨਵਾਦ।
ਸੋ ਇਹ ਸਨ ਵਿਦਿਆਰਥੀ ਆਗੂ ਜੋ ਪੰਜਾਬ ਯੂਨੀਵਰਸਿਟੀ 'ਚ ਮੌਕੇ 'ਤੇ ਸਭ ਕੁਝ ਉਹਨਾਂ ਨੇ ਦੇਖਿਆ ਅਤੇ ਸਾਰੀ ਜਿਹੜੀ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਵਿਧਾਇਕ 'ਤੇ ਗੁੱਸਾ ਫੁੱਟਿਆ, ਕਿਸਾਨੀ ਜਿਹੜਾ ਕਿਸਾਨ ਲੌਂਗੋਵਾਲ 'ਚ ਸ਼ਹੀਦ ਹੋਇਆ, ਕਿਸਾਨਾਂ ਵੱਲੋਂ ਸ਼ਹੀਦ ਉਹਨੂੰ ਐਲਾਨਿਆ ਗਿਆ ਪ੍ਰੀਤਮ ਸਿੰਘ, ਉਸ ਦੇ ਕਰਕੇ ਰੋਸ ਪ੍ਰਦਰਸ਼ਨ ਕੱਢਿਆ ਜਾ ਰਿਹਾ ਸੀਗਾ ਅਤੇ ਆਮ ਆਦਮੀ ਪਾਰਟੀ ਦੇ ਕੁਝ ਆਗੂ ਨੇ ਜਿਹੜੇ ਉਹ ਉੱਥੇ ਤਾੜੀਆਂ ਮਾਰਨ ਲੱਗ ਜਾਂਦੇ ਨੇ, ਜਿੱਥੋਂ ਇਹ ਸਾਰਾ ਮਾਮਲਾ ਭਖਦਾ ਹੈ। ਜੋ ਸਾਰੀ ਵਿਦਿਆਰਥੀ ਨੇ ਇਸ ਵਿਦਿਆਰਥੀ ਆਗੂ ਨੇ ਜਾਣਕਾਰੀ ਦਿੱਤੀ ਹੈ। ਦੇਖਣਾ ਹੋਏਗਾ ਕਿ ਆਪ ਵਿਧਾਇਕ ਇਸ 'ਤੇ ਹੁਣ ਕੀ ਆਪਣੀ ਸਫਾਈ ਦਿੰਦੇ ਨੇ ਜਾਂ ਆਪਣਾ ਕੀ ਤਰਕ ਰੱਖਦੇ ਨੇ ਇਸ ਗੱਲ 'ਤੇ, ਆਖਿਰਕਾਰ ਇਹ ਮਾਮਲਾ ਕਿਉਂ ਭਖਿਆ। ਯੂਨੀਵਰਸਿਟੀਆਂ ਜਿੱਥੇ ਵਿਦਿਆਰਥੀ ਪੜ੍ਹਨ ਜਾਂਦੇ ਨੇ, ਜਿੱਥੇ ਸਿੱਖਿਆ ਲੈ ਕੇ ਵੱਡੇ ਵੱਡੇ ਅਹੁਦਿਆਂ 'ਤੇ ਜਾਂਦੇ ਆ ਵਿਦਿਆਰਥੀ ਅਤੇ ਦੇਸ਼ ਨੂੰ ਚਲਾਉਣ ਤੱਕ ਦੇ ਅਹੁਦੇ ਜਿਹੜੇ ਅਸੀਂ ਦੇਖੇ ਆ ਕਿ ਡਾਕਟਰ ਮਨਮੋਹਨ ਸਿੰਘ ਯੂਨੀਵਰਸਿਟੀਆਂ, ਇਹਨਾਂ ਯੂਨੀਵਰਸਿਟੀਆਂ 'ਚ ਵੀ ਪੜ੍ਹ ਕੇ ਜਿਹੜੇ ਪ੍ਰਧਾਨ ਮੰਤਰੀ ਤੱਕ ਦੇ ਜਿਹੜਾ ਸਫ਼ਰ ਉਹਨਾਂ ਨੇ ਤੈਅ ਕੀਤਾ। ਤਾਂ ਹੁਣ ਆਖਿਰਕਾਰ ਜਿਹੜੇ ਆ ਅੱਜ ਦੀਆਂ ਮੌਜੂਦਾ ਸਰਕਾਰਾਂ ਨੇ ਉਹ ਅਜਿਹਾ ਮਾਹੌਲ ਕਿਉਂ ਸਿਰਜਣਾ ਚਾਹੁੰਦੀਆਂ ਨੇ ਕਿ ਯੂਨੀਵਰਸਿਟੀਆਂ ਵਿੱਚ ਵੀ ਜਿਹੜੀ ਰਾਜਨੀਤੀ ਹੋਵੇ। ਦੇਖਣਾ ਹੋਏਗਾ ਕਿ ਇਸ 'ਤੇ ਹੁਣ ਆਮ ਆਦਮੀ ਪਾਰਟੀ ਕੀ ਆਪਣਾ ਬਿਆਨ ਦੇਗੀ। ਹੋਰ ਜਾਣਕਾਰੀ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਨਾਲ।